ਕਿੱਦਾਂ ਸਾਰੇ ਵੀਰ ਭਰਾ, ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ। ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਫਿਰ ਟੂਰਨਾਮੈਂਟ ਟੌਪ ਦੇ ਜੋ ਹੁਣੇ ਆ ਨਾ ਉਹਨਾਂ ਬਾਰੇ ਅਪਡੇਟ ਦੇਣੀ ਆ, ਜਾਣੀ ਕਿ ਅੱਜ 15 ਸਤੰਬਰ ਨੂੰ ਕਿੱਥੇ ਧੱਕ ਪੈਣੀ ਆ, ਕਿੱਥੇ ਜੋ ਹੈ ਗੱਲਬਾਤ ਐਂਡ ਲੱਗਣੀ ਆ ਉਸ ਦੇ ਬਾਰੇ ਦੱਸਾਂਗੇ। ਨਵੇਂ ਆਏ ਆ ਤਾਂ ਫਿਰ ਕਹਿ ਰਿਹਾ ਵੀ ਸਬਸਕ੍ਰਾਈਬ ਕਰਨਾ ਤੁਹਾਡਾ ਫਰਜ਼ ਬਣਦਾ। ਜੇ ਕਬੱਡੀ ਦੀ ਵੀਡੀਓ ਫ੍ਰੀ 'ਚ ਮਿਲਦੀ ਆ ਤੁਹਾਡੇ ਤੱਕ ਪਹੁੰਚਦੀ ਅੱਜ ਦੇ ਕੱਪਾਂ ਵਾਲੀ ਵੀਡੀਓ, ਤਾਂ ਯਾਰ ਲਾਲ ਜਿਹਾ ਕਲਰ ਨੱਪ ਕੇ ਹੀ ਜਾਣਾ, ਜ਼ਰੂਰ ਨੱਪ ਕੇ ਜਾਇਓ, ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਿਓ। ਪਹਿਲਾ ਕਬੱਡੀ ਕੱਪ ਅੱਜ ਪੰਜਾਬ ਦੇ ਵਿੱਚ ਨੰਗਲ ਦੇ ਵਿੱਚ ਦੇਖਣ ਨੂੰ ਮਿਲਣਾ। ਟਰੈਕਟਰ ਅੱਜ ਫਿਰ ਵੋ ਟਰੈਕਟਰ, ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ। ਬੈਸਟਾਂ ਨੂੰ ਜੋ ਹੈ ਇੱਥੇ ਵੀ ਬਹੁਤ ਵੱਡੇ ਇਨਾਮ ਆ, ਨਗਦ ਰਾਸ਼ੀ ਦਿੱਤੀ ਜਾਣੀ ਆ 51 ਤੇ 41 ਹਜ਼ਾਰ ਅੱਜ ਨੰਗਲ ਦੇ ਵਿੱਚ ਵੀ ਟੌਪ ਦਾ ਮੇਲਾ ਇਹ ਤੁਹਾਨੂੰ ਓਪਨ ਦਾ ਦੇਖਣ ਨੂੰ ਮਿਲਣਾ। ਇਸ ਤੋਂ ਅੱਗੇ ਮੇਰੇ ਵੀਰੋ ਅੱਜ ਜੋ ਟੂਰਨਾਮੈਂਟ ਕਰਵਾਇਆ ਜਾਣਾ ਭਗਤਾ ਭਾਈਕਾ ਦੇ ਵਿੱਚ ਦੇਖਣ ਨੂੰ ਮਿਲਣਾ। ਅੱਜ ਸਿਰੇ ਦਾ ਮੇਲਾ, ਇੱਥੇ ਵਜਨੀ ਭਾਰ ਵਰਗ ਦੇ ਮੈਚ ਹੋਣੇ ਆ, 75 ਕਿਲੋ ਦੇ ਮੈਚ ਆ ਅਤੇ 55 ਕਿਲੋ ਦੇ ਮੈਚ ਆ, ਛੋਟੇ ਮੈਚ ਜਾਣੀ ਕਿ ਇਸ ਮੇਲੇ 'ਤੇ ਤੁਹਾਨੂੰ ਭਗਤੇ ਭਾਈਕੇ ਦੇ ਵਿੱਚ ਦੇਖਣ ਨੂੰ ਮਿਲਣਗੇ। ਅੱਜ ਗੱਗੜ ਭਾਣੇ ਦੇ ਵਿੱਚ ਮੇਰੇ ਵੀਰੋ 4 ਟਰੈਕਟਰ ਆ ਬੈਸਟਾਂ ਨੂੰ, 1,75,000 ਆ ਪਹਿਲਾ ਅਤੇ ਦੂਜਾ ਇਨਾਮ ਮਾਨ ਸਿੰਘ ਦੜਬਾ ਬਰਸਾਲਪੁਰੀ ਆ ਅਮਨ ਦਿਓਰੇ ਹੁਣੀ ਪੰਜਾਬ ਦੇ ਟੌਪ ਦੇ ਮਾਲ। ਅੱਜ ਮਾਲਵੇ ਦੀ ਟੀਮ ਟੌਪ ਦੀ ਬਾਨੀ ਹੈ, ਇੱਥੇ ਵਧੀਆ ਖਿਡਾਰੀ ਅੱਜ ਦੇ ਮੈਂ ਕਹਾਂ ਵੀ ਇੱਥੇ ਪਹੁੰਚਣੇ ਆ। ਨਾ ਜੱਗੂ ਨੇ ਖੇਡਣਾ ਨਾ ਸ਼ੀਲੂ ਨੇ, ਜੱਗੂ ਦੇ ਸਾਡਾ ਕੁਝ ਕੁ ਦਿਨਾਂ ਬਾਅਦ ਹੀ ਜਾਣੀ ਕਿ ਜੱਗੂ ਤਾਂ ਵਾਪਸੀ ਕਰਨ ਜਾ ਰਿਹਾ। ਸ਼ੀਲੂ USA ਦੇ ਵਿੱਚ ਕਮਾਲਾਂ ਕਰੀ ਜਾਂਦਾ ਤਾਂ USA ਦੇ ਵਿੱਚ ਉਹ ਖੇਡ ਰਿਹਾ ਮੁੰਡਾ। ਬਾਕੀ ਇਹ ਤੁਹਾਨੂੰ ਅਪਡੇਟ ਦੇਣੀ ਸੀ, ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਵਾਰ ਵਾਰ ਵੀਰ ਯਾਰ ਇਹਨਾਂ ਖਿਡਾਰੀਆਂ ਬਾਰੇ ਪੁੱਛਦੇ ਆ, ਤਾਂ ਕਰਕੇ ਆਪਾਂ ਅਪਡੇਟ ਦਿੱਤੀ ਆ। ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਵੀ ਕਰ ਦਿਓ ਸਾਰੇ ਵੀਰਾਂ ਤਾਈਂ। ਬਾਕੀ ਇੱਕ ਵੀਰ ਆਪਾਂ ਨੂੰ ਮੈਸੇਜ ਕਰਦਾ ਹੁੰਦਾ ਬਈ ਮੈਚ ਕਾਫੀ ਲੇਟ ਹੁੰਦੇ ਆ, ਉਹਤੇ ਵੀ ਆਪਾਂ ਜਲਦੀ ਵੀਡੀਓ ਪਾਵਾਂਗੇ, ਤਾਂ ਕਰਕੇ ਉਹ ਬਾਈ ਨੂੰ ਕਹਿਣਾ ਵੀ ਕੋਈ ਨਾ ਆਪਾਂ ਜ਼ਰੂਰ ਵੀਡੀਓ ਪਾਵਾਂਗੇ ਉਸ ਬਾਰੇ ਵੀ। ਨਵੀਂ ਵੀਡੀਓ ਵਿੱਚ ਮਿਲਦੇ ਹਾਂ ਨਵੀਂ ਅਪਡੇਟ ਲੈ ਕੇ। ਧੰਨਵਾਦ।